अखाड़ा ਭਖਿਆ ਹੋਇਆ ਹੈ। ਸਭ ਆਪਣੀ ਕਿਸਮਤ ਅਜਮਾਉਣ ਲਈ ਮੈਦਾਨ ਵਿੱਚ ਆਏ। ਉੱਥੇ ਹੀ ਖੁੱਡੀ ਪੱਤੀ ਪਿੰਡ ਧੋਲਾ ਤੋਂ ਸਰਪੰਚ ਦੀ ਚੋਣ ਲਈ ਮੈਦਾਨ ਵਿੱਚ ਉਤਰੇ ਹਮੀਰ ਸਿੰਘ ਹੀਰਾ, ਜੋ ਕਿ ਬਹੁਤ ਹੀ ਪੜ੍ਹੇ ਲਿਖੇ ਮਿਹਨਤੀ ਤੇ ਸੂਝਵਾਨ ਨੌਜਵਾਨ ਨੇ, ਜਿਨ੍ਹਾਂ ਦਾ ਚੋਣ ਨਿਸ਼ਾਨ ਹੈ ਟਰੈਕਟਰ। ਕਿਹਾ ਜਾਂਦਾ ਹੈ ਕਿ ਪੜ੍ਹਿਆ ਲਿਖਿਆ ਵਿਅਕਤੀ ਆਪਣੀ ਸੂਝਵਾਨ ਨਾਲ ਹਰ ਕੰਮ ਸੋਚ ਸਮਝ ਕੇ ਕਰਦਾ ਹੈ। ਇਸੇ ਤਰ੍ਹਾਂ ਲੋਕਾਂ ਦਾ ਭਰੋਸਾ ਹੈ ਕਿ ਪੜ੍ਹੇ ਲਿਖੇ ਅੰਤਕ ਮਿਹਨਤ ਕਰਨ ਵਾਲੇ ਨੌਜਵਾਨ ਹਮੀਰ ਸਿੰਘ ਹੀਰਾ ਨੂੰ ਵੋਟ ਪਾ ਕੇ ਧੋਲਾ ਦਾ ਸਰਪੰਚ ਚੁਣਿਆ ਜਾਵੇ, ਜੋ ਪਿੰਡ ਦਾ ਵਿਕਾਸ ਸਹੀ ਢੰਗ ਨਾਲ ਕਰੇਗਾ। ਉੱਥੇ ਹੀ ਸਾਡੇ ਮੀਡੀਆ ਨਾਲ ਗੱਲ ਕਰਦੇ ਹੋਏ ਹਮੀਰ ਸਿੰਘ ਹੀਰਾ ਵੱਲੋਂ ਕਿਹਾ ਗਿਆ ਕਿ ਮੈਨੂੰ ਇੱਕ ਮੌਕਾ ਦਿੱਤਾ ਜਾਵੇ, ਮੈਂ ਪਿੰਡ ਦਾ ਸੁਧਾਰ ਵਧੀਆ ਤਰੀਕੇ ਨਾਲ ਕਰਾਂਗਾ ਤੇ ਪਹਿਲ ਦੇ ਆਧਾਰ ਤੇ ਸਾਰੀਆਂ ਸਹੂਲਤਾਂ ਪਿੰਡ ਵਿੱਚ ਲਾਗੂ ਕਰਾਵਾਂਗਾ। ਕੀ ਨਾਮ ਜੀ ਆਪਣਾ? ਹਾਂਜੀ, ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਹਮੀਰ ਸਿੰਘ ਹੀਰਾ ਜੀ ਤੇ ਖੁੱਡੀਪੱਤੀ ਧੌਲਾ ਜੀ। ਤੁਸੀਂ ਸਰਪੰਚ ਦੇ ਚਾਹਵਾਨ ਹੋ, ਮੈਦਾਨ ਦੇ ਵਿੱਚ ਆਏ ਹੋ, ਕੀ ਕਹਿਣਾ ਚਾਹੋਗੇ? ਐਕਚੁਅਲੀ ਸਾਡੇ ਪਿੰਡ ਦੇ ਵਿੱਚ ਨਾ ਜਿੱਦਾਂ ਵਾਟਰ ਐਂਡ ਸੈਨੀਟੇਸ਼ਨ ਦਾ ਕੰਮ ਆ ਜਿਹੜਾ ਬਿਲਕੁਲ ਹੀ ਜ਼ੀਰੋ ਹੋਇਆ। ਡਰੇਨੇਜ ਸਿਸਟਮ ਤੁਸੀਂ ਦੇਖ ਸਕਦੇ ਹੋ ਪਿੱਛੇ ਆਪਣੇ ਛੱਪੜਾ ਜੀ, ਇਹ ਤਾਂ ਬਹੁਤ ਹੀ ਜ਼ਿਆਦਾ ਬੁਰਾ ਹਾਲ ਆ। ਮਤਲਬ ਕਿ ਜਦੋਂ ਥੋੜ੍ਹੀ ਜਿਹੀ ਬਾਰਿਸ਼ ਹੁੰਦੀ ਹੈ ਨਾ, ਲੋਕਾਂ ਦੇ ਘਰਾਂ 'ਚ ਜਾਂਦੇ ਆ, ਅਤੇ ਇੱਕ ਸਾਡਾ ਮੋਟਿਵ ਆ ਵੀ ਅਸੀਂ ਇੱਕ ਵਧੀਆ ਪ੍ਰੋਪਰ ਹੌਦੀ ਬਣਾ ਕੇ ਜੀ, ਜਿਹਦੇ ਉੱਤੇ ਸੋਲਰ ਸਿਸਟਮ ਵਾਲੀ ਮੋਟਰ ਲਾ ਕੇ ਅਸੀਂ ਆਪਾਂ ਪ੍ਰੋਪਰ ਡਰੇਨੇਜ ਦਾ ਕੰਮ ਕਰਨਾ ਹੈਗਾ। ਕਿਉਂਕਿ ਐਕਚੁਅਲੀ ਹੁਣ ਕੀ ਹੁੰਦਾ ਜੀ, ਇੱਥੇ ਮੋਟਰ ਤਾਂ ਹੈਗੀ ਹੈ ਜੀ, ਅਤੇ ਉਹ ਕਦੇ ਮਤਲਬ ਕਿ ਲਾਈਟ ਨਹੀਂ ਹੈਗੀ, ਕਦੇ ਕੁਛ ਨਹੀਂ ਹੈਗਾ, ਕਦੇ ਉਹ ਖਰਾਬ ਹੋ ਗਈ, ਉਹਦੇ ਵਿੱਚ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈਗੀ। ਹਾਂਜੀ, ਜਿੱਦਾਂ ਹੀ ਸਾਡੇ ਇੱਕ ਇੱਥੇ 1800 ਦੇ ਕਰੀਬ ਵੋਟ ਆ ਗਈ ਖੁੱਡੀ ਪੱਤੀ ਧੌਲਾ ਪੰਚਾਇਤ ਦੀ, ਸਾਡੇ ਇੱਕ ਕਮਿਊਨਿਟੀ ਹਾਲ ਨਹੀਂ ਹੈਗਾ ਜੀ। ਸਾਨੂੰ ਕਮਿਊਨਿਟੀ ਹਾਲ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ, ਕਿਉਂਕਿ ਸਾਨੂੰ ਦੁੱਖ ਸੁੱਖ ਦੇ ਵਿੱਚ ਜਾਂ ਤਾਂ ਗੁਰਦੁਆਰਾ ਸਾਹਿਬ ਹੜੀਸਰ ਸਾਹਿਬ ਜਾਣਾ ਪੈਂਦਾ ਜੀ, ਜਾਂ ਸਾਨੂੰ ਫਿਰ ਗੁਰਦੁਆਰਾ ਸਾਹਿਬ ਸੋਹੀਆਣਾ ਸਾਹਿਬ ਜਾਣਾ ਪੈਂਦਾ ਜੀ। ਜੀ ਹਾਂਜੀ, ਤੇ ਹੋਰ ਆਪਣਾ ਜੇ ਆਪਾਂ ਗੱਲ ਕਰੀਏ ਜਿਹੜੇ ਪਿਛਲੇ ਸਮੇਂ ਦੌਰਾਨ ਸਰਪੰਚੀ ਦੇ ਕਿਹੜੇ ਕਿਹੜੇ ਕੰਮ ਰਹਿ ਗਏ ਜਿਹੜੇ ਤੁਸੀਂ ਅੱਜ ਤੱਕ ਤੁਸੀਂ? ਜਿੱਦਾਂ ਆਪਾਂ ਗੱਲ ਕਰ ਸਕਦੇ ਹਾਂ ਜੀ, ਡਰੇਨੇਜ ਸਿਸਟਮ ਦਾ ਕੰਮ ਰਹਿੰਦਾ ਜੀ ਥੋੜ੍ਹਾ ਬਹੁਤ, ਵੈਸੇ ਤਾਂ ਪ੍ਰੋਪਰ ਹੋ ਗਿਆ ਜੀ। ਜਿੱਦਾਂ ਮੇਨ ਕੰਮ ਆ ਜਿਹੜਾ ਉਹ ਰਹਿੰਦਾ ਜੀ ਥੋੜ੍ਹਾ। ਜੇ ਆਪਾਂ ਐਜੂਕੇਸ਼ਨ ਦੀ ਗੱਲ ਕਰੀਏ, ਐਜੂਕੇਸ਼ਨ ਬਾਰੇ ਤੁਹਾਡੀ ਕੀ ਸੋਚ ਹੈ? ਐਜੂਕੇਸ਼ਨ ਜਿੱਦਾਂ ਜੀ ਹੁਣ ਆਪਣੇ ਬੱਚੇ ਆ ਜ਼ਿਆਦਾ ਬਾਹਰ ਜਾ ਰਹੇ ਨੇ ਜੀ ਐਲਸ ਕਰਕੇ, ਕਿਉਂਕਿ ਉਹਨਾਂ ਨੂੰ ਇੱਕ ਗਾਈਡੈਂਸ ਨਹੀਂ ਹੈਗੀ ਜੀ, ਆਪਾਂ ਪ੍ਰੋਪਰ ਉਹਨਾਂ ਲਈ ਇੱਕ ਕੈਂਪ ਵਗੈਰਾ ਲਾਵਾਂਗੇ ਜਿਹਦੇ ਨਾਲ ਉਹਨਾਂ ਨੂੰ ਗਾਈਡ ਕੀਤਾ ਜਾਵੇ, ਲਿਟਰੇਚਰ ਪ੍ਰਤੀ ਗਾਈਡ ਕਰਨਾ ਜੀ, ਸਪੋਰਟਸ ਪ੍ਰਤੀ ਜਾਂ ਲੀਗਲ ਐਡ ਦੇਣੀ ਜੀ, ਮੈਡੀਕਲ ਸਹੂਲਤਾਂ ਸਰ। ਹੈਲਥ ਬਾਰੇ ਇੱਕ ਆਪਾਂ ਮੁਹੱਲਾ ਕਲੀਨਿਕ ਲੈ ਕੇ ਆਉਣਾ ਜੀ ਪਿੰਡ ਦੇ ਵਿੱਚ, ਅਤੇ ਇੱਕ ਬਾਕੀ ਹੈਲਥ ਕੈਂਪ ਲਵਾਵਾਂਗੇ ਜੀ ਅਸੀਂ, ਜਿਹਦੇ ਰਿਲੇਟਡ ਮਤਲਬ ਕਿ ਪਿੰਡ ਦੇ ਲੋਕਾਂ ਨੂੰ ਕੋਈ ਵੀ ਦਿੱਕਤ ਆਏਗੀ ਤਾਂ ਉਹ ਆਪਣੀ ਜਾ ਕੇ ਦੱਸ ਸਕਦੇ ਨੇਗੇ ਅਤੇ ਉਹਨਾਂ ਦਾ ਇਲਾਜ ਕਰਵਾ ਸਕਦੇ। ਮੈਂ ਪਿੰਡ ਦੇ ਲੋਕਾਂ ਨੂੰ ਮੈਸੇਜ ਦੇਣਾ ਚਾਹੂੰਗਾ ਜੀ ਅਤੇ ਸਪੋਰਟ ਕਰਨ, ਅਤੇ ਆਪਾਂ ਉਹਨਾਂ ਦੇ ਨਾਲ ਦੁੱਖ ਸੁੱਖ 'ਚ ਹਮੇਸ਼ਾ ਖੜੇ ਰਹਾਂਗੇ ਅਤੇ ਹਮੇਸ਼ਾ। ਆਪਣਾ ਜੀ? ਰੋਸ਼ਨ ਸਿੰਘ ਜੀ, ਸਾਬਕਾ ਮੈਂਬਰ ਜੀ। ਮੈਂਬਰ ਸਾਹਿਬ, ਤੁਸੀਂ ਹੁਣ ਹਮੀਰ ਸਿੰਘ ਦੀ ਇਲੈਕਸ਼ਨ ਲੜ ਰਹੇ, ਕੀ ਕਹਿਣਾ ਚਾਹੋਗੇ? ਅਸੀਂ ਤਾਂ ਜਿਤਾਉਣਾ ਹੀ ਚਾਹੁੰਦੇ ਹਾਂ ਜੀ। ਕਿਹੋ ਜਿਹੇ ਮੁੰਡੇ ਦਾ ਸੁਭਾਅ ਆ, ਕਿਹੋ ਜਿਹੇ ਮੁੰਡੇ ਦੇ ਵਿਚਾਰ ਨੇ? ਬਹੁਤ ਵਧੀਆ ਜੀ, ਪੜ੍ਹਿਆ ਲਿਖਿਆ ਹੈਗਾ, ਬਹੁਤ ਹੀ ਜ਼ਿਆਦਾ ਪੜ੍ਹਿਆ ਹੈਗਾ ਜੀ, ਹੁਣ ਤੱਕ ਪੜ੍ਹਨਾ ਧੀ ਰਿਹਾ ਜੀ। ਬਾਕੀ ਤਸਵੀਰ ਦਾ ਬਹੁਤ ਨਰਮ ਹੈਗਾ, ਸਿਆਣਾ ਕੋਈ ਇਹੀ ਜਿਹੀ ਗੱਲ ਨਹੀਂ। ਅਸੀਂ ਅੱਜ ਤੱਕ ਇਹਨੂੰ ਪਿੰਡ ਦੇ ਵਿੱਚ ਐਂ ਨਹੀਂ ਕਹਿ ਸਕਦੇ ਵੀ ਕਿਸੇ ਨਾਲ ਰੁੱਖਾ ਵੇਲਾ ਹੋਇਆ ਹੋਵੇ। ਹਾਂ, ਤੁਸੀਂ ਇਹਨਾਂ ਤੋਂ ਉਮੀਦ ਰੱਖਦੇ ਹੋ ਕੋਈ ਵਿਕਾਸ ਕਰਾਉਣਗੇ? ਹਾਂ, ਸਾਨੂੰ ਪੂਰੀ ਉਮੀਦ ਹੈਗੀ। ਹਾਂ, ਰੋਲਦੂ ਸਿੰਘ ਹੈ ਜੀ। ਵਿਕਾਸ ਤਾਂ ਸਾਡੇ ਕੋਈ ਤਜਣਾ ਹੋਇਆ ਨੀ, ਟੋਬੇ ਦਾ ਸਾਡਾ ਪਾਣੀ ਉਮ ਚੁੱਕੀ ਸੀ, ਖਰਾਬ ਹੈ ਜੀ, ਤੇ ਥੋੜਾ ਜਿਹਾ ਬਸ ਅਸੀਂ ਤਾਂ ਅਸੀਂ ਭਾਲਦੇ ਵੀ ਸਾਡੇ ਕੰਮ ਹੋਣ, ਵਧੀਆ ਵਧੀਆ ਕੰਮ ਹੋਣ। ਹਾਂ ਕਰੂਗਾ ਜੀ, ਕਦੋਂ ਉੱਥੇ ਸਰਪੰਚ ਜੀ ਕਹਾਂਗੇ ਉਹਨੂੰ ਵੀ ਕਰੂ, ਸਾਡੇ ਪਿੰਡ ਪਹਿਲਾਂ ਵੀ ਗੱਲ ਸਾਡੀ ਹੋਈ ਹੈ ਜੀ। ਹਾਂਜੀ ਹਾਂ।